31 जनवरी नूं विश्वासघात जो सेंटर सरकार ने साडे नाल कीता उहदे विरोध दे विच सारे देश दे विच 5000 जगह दे उपर धरने मुजाहरे कीते जाणगे ते पंजाब दे विच वी खास करके कीते जाणगे। अज असीं ड्यूटियां लगा दित्तियां, असीं सवाल करांगे उहनां तों पुछांगे ते उहनां नूं रोड मैप पुछांगे तुहाडा की आ, तुसीं पिछले 5 साल तुसीं की कीता, तुसीं पिछले 5 साल कीड़े वादे कीते सी, ਉਹ ਸਾਰਾ ਕੁਝ ਅਸੀਂ ਉਹਨਾਂ ਤੋਂ ਜਵਾਬ ਪਿੰਡਾਂ ਦੇ ਵਿੱਚ ਲਵਾਂਗੇ, ਉਹ ਪਾਰਟੀ ਨੂੰ ਦੇਖ ਕੇ ਵੋਟਾਂ ਪਾਵਾਂਗੇ ਜੋ ਸਾਡੇ ਜਵਾਬ ਸਹੀ ਦੇਊਗੀ। ਜਦ ਪਿੰਡ ਦਾ ਭਾਈਚਾਰਾ ਪੂਰਾ ਹੋਊਗਾ ਅਸੀਂ ਆਪਣੇ ਮਸਲੇ ਹੱਲ ਕਰਾ ਲਾਂਗੇ। 25-25 ਸਾਲ ਦੇ ਲੋਕ ਜੇਲ੍ਹਾਂ 'ਚ ਬੈਠੇ ਨੇ ਪੰਜਾਬ ਦੇ, 84 ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਹਨਾਂ ਸਾਰਿਆਂ ਦੇ ਕੇਸ ਵਾਪਸ ਲਓ, ਕੋਈ ਕੇਸ ਵਾਪਸ ਲੈਂਦੇ ਜੀ ਇਹਨਾਂ ਸਿਆਸੀ ਪਾਰਟੀਆਂ ਨੂੰ। ਕਿਸਾਨ ਜੀ ਨੇ ਮੈਨੂੰ ਸਖ਼ਤ ਮਾਰਨੇ ਗਾ, ਮੈਂ ਬਥੇਰੀਆਂ ਗਲਤੀਆਂ ਤੁਸੀਂ ਕਰ ਲਈਆਂ, ਬਥੇਰੀਆਂ ਸ਼ਰਾਬਾਂ ਵੇਚ ਲਈਆਂ, ਬਥੇਰਾ ਰੇਤਾ ਵੇਚ ਲਿਆ, ਬਥੇਰੀਆਂ ਰਜਿਸਟਰੀਆਂ ਕਰਾਉਣ ਵੇਲੇ ਲੋਕਾਂ ਤੋਂ ਪੈਸੇ ਲੈਂਦੇ ਹੋ, ਕਾਲਾ ਧਨ ਇਕੱਠਾ ਕਰੀ ਜਾਂਦੇ ਹੋ, ਬਈ ਇਹਨਾਂ ਸਾਰਿਆਂ ਦੇ ਕੇਸ ਆਪਣੇ ਮਾਵਾਂਗੇ। जनवरी नूं किसान जथेबंदियां वल्लों केंद्र खिलाफ विश्वासघात दिवस वजो मनाया जाएगा, जिस दे बारे जानकारी दिंदे हुए भारतीय किसान यूनियन दे आगू लखोवाल ने कहा कि असी 31 जनवरी नूं पंजाब भर केंद्र खिलाफ प्रदर्शन करांगे। इंदर सिंह लखोवाल जनरल सैकटरी भारतीय किसान यूनियन पंजाब, अज लुधियाने दे हैड ऑफिस दे विच जिहड़ी साडी आ पंजाब दी मीटिंग हुई आ, उहदे विच जिहड़े फैसले लए गए ने वी 31 जनवरी नूं विश्वासघात जो सेंटर सरकार ने साडे नाल कीता उहदे विरोध दे विच सारे देश दे विच 5000 जगह दे उपर धरने मुजाहरे कीते जाणगे ते पंजाब दे विच वी खास करके कीते जाणगे। अज असीं ड्यूटियां लगा दित्तियां ने। अगर कोई मसला हल नहीं हुंदा तां की तुहाडा अगली पैरवी होवेगी? साडे कोल संघर्ष हैगा, दूसरा साडे कोल पार्टियां ने आउणा, आउण वाले दिनां दे विच असीं सवाल करांगे उहनां तों पुछांगे ते उहनां नूं रोड मैप पुछांगे वी तुहाडा की आ, तुसीं पिछले 5 साल तुसीं की कीता, तुसीं पिछले 5 साल कीड़े वादे कीते सी, उह सारा कुछ असीं उहनां तों जवाब पिंडां दे विच लवांगे, उह पार्टी नूं देख के वोटां पावांगे जो साडे जवाब सही देऊगी। सारे पंजाब च विश्वासघात दिहाड़ा मनाउण दीआं तैयारियां मुकम्मल ने, क्योंकि आ जद मोर्चा फतेह करके आए हाँ तां मोदी ने बहुत सारे वादे कीते सी, MSP ਤੇ ਕਮੇਟੀ ਬਣਾਵਾਂਗੇ, ਜਿੰਨੇ ਲੋਕਾਂ ਦੇ ਕੇਸ ਬਣੇ ਆ ਉਹ ਵਾਪਸ ਲਵਾਂਗੇ, ਲਖਵੀਰਪੁਰ ਕਾਂਡ ਉਹਨਾਂ ਸਾਡੇ ਬੰਦਿਆਂ 'ਤੇ ਇਹਨਾਂ ਨੇ ਸਗੋਂ ਕੇਸ ਹੀ ਬਣਾਤੇ ਆ, ਇਹਨਾਂ ਦੇ ਇੱਕ ਮਿਨਿਸਟਰ ਦੇ ਮੁੰਡੇ ਨੇ ਲੋਕਾਂ ਨੂੰ ਮਾਰਿਆ ਅਤੇ ਕੇਸ ਕਿਸਾਨਾਂ 'ਤੇ ਬਣੇ, ਉਹ ਵਾਅਦੇ ਉਹਨੇ ਪੂਰੇ ਨਹੀਂ ਕੀਤੇ ਅਤੇ ਪੰਜਾਬ 'ਚ ਆਇਆ ਇਹ ਕਹਿ ਕੇ ਭੱਜ ਗਿਆ ਵੀ ਮੇਰੇ ਕੋਲ ਸਿਕਿਉਰਿਟੀ ਨਹੀਂ, ਪਤਾ ਨਹੀਂ ਉਹਦੇ ਕੋਲ ਇਕੱਠ ਨਹੀਂ ਹੋਇਆ, ਸਿਕਿਉਰਿਟੀ ਨਹੀਂ ਹੋਇਆ, ਜਿਹੜੇ ਪੰਜਾਬ ਨੂੰ ਵਾਅਦੇ ਦੇ ਪੂਰੇ ਕਰਨੇ ਸੀ ਉਹ ਵੀ ਨਹੀਂ ਦਿੱਤੇ, ਹੁਣ ਲੋਕਾਂ ਨੂੰ ਉਲਝਾ ਰਹੇ ਆ। ਜੇ ਮੋਦੀ ਪੱਗ ਬੰਨ੍ਹੀ ਵੀ ਖੜਾ, ਪੱਗ ਬੰਨ੍ਹਣ ਨਾਲ ਸਾਡਾ ਮਸਲਾ ਹੱਲ ਨਹੀਂ ਹੁੰਦਾ, ਜੇ ਭੁੱਖ ਲੱਗੀ ਆ ਤਾਂ ਰੋਟੀ ਖਾਣੀ ਪਊਗੀ, ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ। ਪੰਜਾਬ ਸੂਬਾ ਜਿਵੇਂ ਇਸ ਤਰ੍ਹਾਂ ਸਾਰੇ ਸੂਬਿਆਂ ਨੂੰ ਸਣੇ ਪੰਜਾਬ ਵਾਧੇ ਅਧਿਕਾਰ ਮਿਲਣੇ ਚਾਹੀਦੇ ਆ, ਅਸੀਂ ਆਪਣੀ ਕਿਸਮਤ ਦਾ ਆਪ ਫੈਸਲਾ ਕਰੀਏ। ਅਮਰੀਕਾ ਦੇ ਕਾਨੂੰਨ ਤਾਂ ਸਾਡੇ 'ਤੇ ਲਾਗੂ ਕਰਾਉਂਦੇ ਆ ਜਿਨ੍ਹਾਂ ਨੂੰ ਅਸੀਂ ਭਜਾ ਕੇ ਆਏ ਹਾਂ, ਅਤੇ ਅਮਰੀਕਾ 'ਚ ਸਟੇਟਾਂ ਕੋਲ ਪਾਵਰਾਂ ਨਹੀਂ, ਪਾਕਿਸਤਾਨ ਨਾਲ ਬਾਰਡਰ ਕਿਉਂ ਨਹੀਂ ਖੋਲ੍ਹਦੇ ਜੀ? ਜਿਹੜੇ ਸਾਡੇ ਨੇ ਵਾਅਦੇ ਕਰਕੇ ਆਏ ਸੀ ਇਹ ਕਾਂਗਰਸੀ ਵੀਰ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਜੀ, ਆਪ 'ਚ ਹੀ ਲੜੀ ਜਾਂਦੇ ਹੁਣ ਟਿਕਟਾਂ ਵੰਡਣ ਪਿੱਛੇ। ਇਹਨਾਂ ਸਾਰਿਆਂ ਨੂੰ ਅਸੀਂ ਪਿੰਡਾਂ 'ਚ ਪੁੱਛਾਂਗੇ ਬਈ ਕੀ ਗੁਟਕਾ ਚੱਕ ਕੇ ਤੁਸੀਂ ਵਾਅਦੇ ਕੀਤੇ, ਕੀ ਪੂਰੇ ਕਰਤੇ, ਕੀ ਕਿਸਾਨਾਂ ਦਾ ਕੋਈ ਮਸਲਾ ਹੱਲ ਹੋਇਆ? ਅਤੇ ਨਾਲ ਅਸੀਂ ਬੇਨਤੀ ਕਰਾਂਗੇ ਹਰ ਪਿੰਡਾਂ 'ਚ ਜਿੱਥੇ ਕੋਈ ਆਉਂਦਾ, ਇਹਨਾਂ ਨਾਲ ਲੜੋ ਨਾ, ਪਿਆਰ ਨਾਲ ਚਾਹ ਪਿਲਾਓ, ਬਿਠਾਓ, ਇਹਨਾਂ ਤੋਂ ਪੁੱਛੋ ਬਈ ਪਿਛਲੇ ਸਮੇਂ ਤੁਸੀਂ ਕੀ ਕੀਤਾ, ਅੱਗੇ ਤੁਹਾਡਾ ਕੀ ਪ੍ਰੋਗਰਾਮ ਆ। ਪਰ ਇਹ ਵੀ ਕਿਸਾਨਾਂ ਨੂੰ ਬੇਨਤੀ ਆ ਬਈ ਉੱਥੇ ਹਰ ਪਾਰਟੀ ਦਾ ਬੰਦਾ ਆਉਣਾ, ਆਪ ਵਿੱਚ ਹੀ ਨਾ ਲੜਿਓ, ਪਿੰਡ ਦਾ ਭਾਈਚਾਰਾ ਪੂਰਾ ਰੱਖੋ। ਜਦ ਪਿੰਡ ਦਾ ਭਾਈਚਾਰਾ ਪੂਰਾ ਹੋਊਗਾ ਅਸੀਂ ਆਪਣੇ ਮਸਲੇ ਹੱਲ ਕਰਾ ਲਾਂਗੇ। 25-25 ਸਾਲ ਦੇ ਲੋਕ ਜੇਲ੍ਹਾਂ 'ਚ ਬੈਠੇ ਨੇ ਪੰਜਾਬ ਦੇ, 84 ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਹਨਾਂ ਸਾਰਿਆਂ ਦੇ ਕੇਸ ਵਾਪਸ ਲਓ, ਕਿਉਂ ਕੇਸ ਵਾਪਸ ਲੈਂਦੇ ਜੀ? ਜੇ ਸਿਆਸੀ ਬੰਦਿਆਂ ਦੇ ਹੋ ਸਕਦੇ ਨੇ ਤਾਂ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਜੀ? ਜਿਨ੍ਹਾਂ ਨੇ ਜੇਲ੍ਹ ਪੂਰੀ ਕਰ ਲਈ ਉਹਨਾਂ ਨੂੰ ਛੱਡੋ, ਸੂਬਿਆਂ ਨੂੰ ਵੱਧ ਅਧਿਕਾਰ ਦਿਓ, ਅਸੀਂ ਆਪਣੀ ਕਿਸਮਤ ਦਾ ਫੈਸਲਾ ਕਰੀਏ। ਪਾਕਿਸਤਾਨ ਨਾਲ ਬਾਰਡਰ ਖੋਲ੍ਹੋ, ਇਹੀ ਵਪਾਰ ਦਾ ਹੁੰਦਾ ਪਾਕਿਸਤਾਨ ਨਾਲ, ਕਣਕ ਜਾਂਦੀ ਆ,
ਫਸਲਾਂ ਜਾਂਦੀਆਂ ਪਰ ਬੰਬੇ ਦੇ ਥਰੂ ਕਿਉਂ ਜਾਣ? ਕਿਉਂ ਨਾ ਪਾਕਿਸਤਾਨ ਨਾਲ ਸਿੱਧਾ ਵਪਾਰ ਅਰਬ ਦੇਸ਼ਾਂ ਨਾਲ ਕੀਤਾ ਜਾਵੇ? ਅਰਬ ਦੇਸ਼ਾਂ ਵਿੱਚ ਅੱਜ ਵੀ ਕਣਕ 5000 ਰੁਪਏ ਕੁਇੰਟਲ ਵਿਕਦੀ ਹੈ, ਇੱਥੇ 2000 ਨੂੰ ਲੁੱਟ ਕੇ ਸਾਡੀ ਕਣਕ ਉੱਧਰ ਇਹਨਾਂ ਨੂੰ ਵੇਚਦੇ ਨੇ, ਉਹਦਾ ਫਾਇਦਾ ਕਿਉਂ ਨਾ ਕਿਸਾਨ ਨੂੰ ਦਿੱਤਾ ਜਾਵੇ? ਇਹ ਸਾਰੇ ਮਸਲੇ ਹੱਲ ਕਰਾਵਾਂਗੇ ਇਹਨਾਂ ਸਿਆਸੀ ਪਾਰਟੀਆਂ ਨੂੰ। ਕਿਸਾਨ ਯੂਨੀਅਨ ਮੈਨੂੰ ਸਖ਼ਤ ਵਾਰਨਿੰਗਾ ਵੀ ਬਥੇਰੀਆਂ ਗਲਤੀਆਂ ਤੁਸੀਂ ਕਰ ਲਈਆਂ, ਬਥੇਰੀਆਂ ਸ਼ਰਾਬਾਂ ਵੇਚ ਲਈਆਂ, ਬਥੇਰਾ ਰੇਤਾ ਵੇਚ ਲਿਆ, ਬਥੇਰੀਆਂ ਰਜਿਸਟਰੀਆਂ ਕਰਾਉਣ ਵੇਲੇ ਲੋਕਾਂ ਤੋਂ ਪੈਸੇ ਲੈਂਦੇ ਹੋ, ਕਾਲਾ ਧਨ ਇਕੱਠਾ ਕਰੀ ਜਾਂਦੇ ਹੋ। ਬਈ ਇਹਨਾਂ ਸਾਰਿਆਂ 'ਤੇ ਕੇਸ ਆਪਣਾ ਮਾਵਾਂਗੇ ਜਿਹਨਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ। ਪੰਜਾਬ ਸੋਨੇ ਦੀ ਚਿੜੀਆ, ਦੁਨੀਆ 'ਚੋਂ ਬੈਸਟ ਏਰੀਆ, ਬੈਸਟ ਕਲਾਈਮੇਟ ਆ ਸਾਡਾ, ਫਿਰ ਅਸੀਂ ਗਰੀਬ ਕਿਉਂ? ਇਹਨਾਂ ਗੱਲਾਂ ਦਾ ਸਵਾਲ ਕੀਤੇ ਜਾਣਗੇ। ਦੱਸ ਦੇ ਕਿ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਕੁਲਬੀਰ ਰਾਹੀ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ।